ਕਣਕ ਦੀ ਵਾਢੀ ਤੋਂ ਬਾਅਦ ਦੇ ਵਿੱਚ ਕਈ ਕਿਸਾਨ ਵੀਰ ਮੂੰਗੀ ਦੀ ਬਿਜਾਈ ਕਰਨੀ ਚਾਹੁੰਦੇ ਆ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਹਾਇਤਾ ਦੇ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਮੂੰਗੀ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਕਦੋਂ ਬੀਜਣੀਆਂ ਕਿਹੜੀ ਖਾਦ ਪਾਉਣੀ ਹੈ ਤੇ ਕਿਵੇਂ ਬੀਜਣੀਆਂ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਇਹ ਵੀਡੀਓ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਤੇ ਦੇਖ ਰਹੇ ਹੋ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਤੇ ਦੇਖ ਰਹੇ ਹੋਗੇ ਤਾਂ ਤੁਸੀਂ ਇਸ ਨੂੰ ਜੁਆਇਨ ਵੀ ਕਰ ਸਕਦੇ ਹੋ ਤਾਂ ਕਿ ਖੇਤੀ ਸਬੰਧੀ ਹੋਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਨੁਸਾਰ ਆਪਾਂ ਦੇਖਦੇ ਹਾਂ ਕਣਕ ਤੋਂ ਬਾਅਦ ਦੇ ਵਿੱਚ ਜਿਹੜੀ ਮੂੰਗੀ ਬੀਜਣੀ ਹੈ ਉਹਦੇ ਸਬੰਧ ਵਿੱਚ ਦੋਸਤੋ ਕਿਉਂ ਆਪਾਂ ਮੂੰਗੀ ਇਸ ਟਾਈਮ ਤੇ ਬੀਜਦੇ ਹਾਂ ਜਿਹੜੀ ਕਿ ਅਸੀਂ ਮਾਰਚ ਜਾਂ ਅਪ੍ਰੈਲ ਦੇ ਵਿੱਚ ਬੀਜਦੇ ਆ ਤਾਂ ਇਹ 60ੀਆਂ ਕਿਸਮਾਂ ਹੁੰਦੀਆਂ ਮਤਲਬ ਕਿ ਕਣਕ ਦੀਆਂ ਉਹ ਕਿਸਮਾਂ ਜਿਹੜੀਆਂ 60-62 ਦਿਨ ਦੇ ਵਿੱਚ ਪੱਕ ਕੇ ਤਿਆਰ ਹੁੰਦੀਆਂ ਤੇ ਇਸ ਟਾਈਮ ਤੇ ਇਹ ਕਿਸਾਨ ਨੂੰ ਚੰਗਾ ਮੁਨਾਫਾ ਦੇ ਜਾਂਦੀਆਂ ਇੱਕ ਚੀਜ਼ ਹੋਰ ਧਿਆਨ ਰੱਖਿਓ ਜੋ ਕਿ ਮੂੰਗੀ ਦੇ ਨਾਲ ਜ਼ਮੀਨ ਦਾ ਅਪਜਾਊਪਨ ਵੱਧਦਾ ਹੈ ਜਿਵੇਂ ਕਿ ਮੈਂ ਇੱਕ ਵੀਡੀਓ ਚ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰ ਚੁੱਕਾ ਹਾਂ ਕਿ ਜਿਹੜੇ ਖੇਤਾਂ 'ਚ ਜਾਂ ਕੁੰਡੀਆਂ 'ਚ ਸੁੱਕਣ ਦੀ ਦਿੱਕਤ ਆਈ ਹੈ ਜੇ ਉੱਥੇ ਅਸੀਂ ਦਾਲ ਵਾਲੀ ਫਸਲ ਦੀ ਖੇਤੀ ਕਰੀਏ ਤਾਂ ਅਗਲੇ ਸਾਲ ਐਸ ਦਿੱਕਤ ਤੋਂ ਥੋੜਾ ਰਾਹਤ ਮਿਲ ਸਕਦੀ ਹੈ ਪਹਿਲਾਂ ਕਿਸਮਾਂ ਦੀ ਗੱਲ ਕਰ ਲਓ ਜੀ ਪਹਿਲੀ ਕਿਸਮ ਜਿਹੜੀ 2019 ਚਾਈ ਹੈ SML 1827 ਹੈ ਠੀਕ ਹੈ 62 ਦਿਨ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਇੱਕ ਫਲੀ ਦੇ ਵਿੱਚ 10 ਦਾਣੇ ਹੁੰਦੇ ਹੈ ਤੇ 5 ਕੁਇੰਟਲ ਇਹਦਾ ਝਾੜ ਠੀਕ ਹੈ ਜੀ ਦਾਣਾ ਬਹੁਤ ਸੋਹਣਾ ਹੁੰਦਾ ਸਾਈਜ਼ ਮੀਡੀਅਮ ਹੁੰਦਾ ਸ਼ਾਈਨਿੰਗ ਹੁੰਦਾ ਦੂਜੀ ਕਿਸਮ ਹੈਗੀ ਹੈ TM B 37 2017 ਚ ਰਿਲੀਜ਼ ਹੋਈ ਹੈ ਜੀ 60 ਦਿਨ ਦੇ ਵਿੱਚ ਇਹ ਪੱਕ ਕੇ ਤਿਆਰ ਹੁੰਦੀ ਹੈ ਦਾਣਾ ਮੀਡੀਅਮ ਸਾਈਜ਼ ਹੁੰਦਾ ਚਮਕੀਲਾ ਹੁੰਦਾ ਹੈ ਕੁਕਿੰਗ ਕੁਆਲਿਟੀ ਇਹਦੀ ਬਹੁਤ ਵਧੀਆ ਹੁੰਦੀ ਹੈ ਤੀਜੀ ਵੈਰੈਟੀ ਹੈ ਜੀ S M L 832 ਜਿਹੜੀ 2010 ਦੇ ਵਿੱਚ ਰਿਲੀਜ਼ ਹੋਈ ਹੈ 61 ਦਿਨ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਤੇ ਫਲੀਆਂ ਥੋੜੀਆਂ ਜਿਹੀਆਂ ਕਾਲੇ ਜਿਹੇ ਪੰਚ ਮੱਕੇ ਰੰਗ 'ਚ ਹੁੰਦੀਆਂ ਬਲੈਕਿਸ਼ ਬ੍ਰਾਊਨ ਹੁੰਦੀਆਂ ਪੱਕ ਕੇ ਤੇ ਹਰ ਇੱਕ ਦਾਣੇ ਫਲੀ ਦੇ ਵਿੱਚ 10 ਦਾਣੇ ਹੁੰਦੇ ਆ ਮੀਡੀਅਮ ਸਾਈਜ਼ ਦਾ ਦਰਮਿਆਨੇ ਸਾਈਜ਼ ਦਾ ਦਾਣਾ ਹੁੰਦਾ 4 ਕੁਇੰਟਲ 60 ਕਿਲੋ ਇਹਦਾ ਝਾੜ ਹੈ 37 ਨੰਬਰ ਦਾ 4 ਕੁਇੰਟਲ 90 ਕਿਲੋ ਸੀਗਾ ਇਹਦਾ ਹੈਗਾ 4 ਕਵਾਂਟਲ 60 ਕਿਲੋ ਇੱਕ ਪਹਿਲਾਂ ਦੀ ਆਪਣੀ ਵੈਰਾਈਟੀ ਹੈ ਐਸਐਮਐਲ 668 ਕੁਕਿੰਗ ਕੁਆਲਿਟੀ ਦਾ ਚੰਗੀ ਹੁੰਦੀ ਹੈ 2002 ਚ ਇਹ ਵੈਰਾਈਟੀ ਆਈ ਸੀਗੀ ਇਹਦਾ ਦਾਣਾ ਥੋੜਾ ਜਿਹਾ ਮੋਟਾ ਹੁੰਦਾ ਕਈ ਵਾਰੀ ਦੇਖਣ ਜਾਇਆ ਕਿ ਮੋਟਾ ਦਾਣਾ ਕਿਸਾਨ ਘੱਟ ਪਸੰਦ ਕਰਦੇ ਐ 60 ਦਿਨ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਇੱਕ ਫਲੀ ਚ 10 ਤੋਂ 11 ਦਾਣੇ ਹੁੰਦੇ ਐ ਤੇ ਕੁਕਿੰਗ ਕੁਆਲਿਟੀ ਵਧੀਆ ਲਗਭਗ 4.5 ਕਵਾਂਟਲੇ ਦਾ ਝਾੜ ਇਹ ਕਿਸਮਾਂ ਤੁਸੀਂ ਦੇਖਿਆ ਕਿ 60 ਤੋਂ 62 ਦਿਨ ਦੇ ਵਿੱਚ ਪੱਕ ਕੇ ਤਿਆਰ ਹੁੰਦੀਆਂ ਪਰ ਖੇਤ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ 65 ਤੋਂ 70 ਦਿਨ ਤੱਕ ਵੀ ਆਮ ਦੇਖਣ ਚਾਇਆ ਕਿ ਇਹ ਕਿਸਮਾਂ ਲੈ ਜਾਂਦੀਆਂ ਤਾਂ ਆਪਣਾ ਉਹ ਧਿਆਨ ਰੱਖਿਓ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੁਝ ਚੀਜ਼ਾਂ ਇੱਥੇ ਤਿਆਰ ਰੱਖਣ ਲਈ ਕਿਹਾ ਹੈ ਕਿ ਵੀ ਜਿਹੜੀ ਤਾਂ ਐਸਐਮ 668 ਕਿਸਮ ਹੈ ਇਹਦਾ ਬੀਜ ਪਊਗਾ 15 ਕਿਲੋਗ੍ਰam ਪ੍ਰਤੀ ਏਕੜ 8 ਕਨਾਲ ਦੇ ਕਿੱਲੇ ਦੇ ਵਿੱਚ 15 ਕਿਲੋ ਜਿਹੜੀਆਂ ਬਾਕੀ ਵੈਰਾਈਟੀਆਂ ਹੈਗੀਆਂ ਇਹਨਾਂ ਦਾ ਬੀਜ ਪਊਗਾ 12 ਕਿਲੋਗ੍ਰam ਪ੍ਰਤੀ ਏਕੜ ਸਭ ਤੋਂ ਵੱਡੀ ਧਿਆਨ ਦੇਣ ਵਾਲੀ ਗੱਲ ਹੈਗੀ ਕਿ ਬਜਾਈ ਦਾ ਟਾਈਮ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਆਪਾਂ ਇਹਦੀ ਬਜਾਈ ਆਰਾਮ ਨਾਲ ਕਰ ਸਕਦੇ ਹਾਂ ਜਿਨੇ ਕਿਸੇ ਨੇ ਬਾਸਮਤੀ ਵਗੈਰਾ ਲਾਉਣੀ ਹੈ ਇਸ ਤੋਂ ਬਾਅਦ ਚ ਤੋ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਲਿਜਾ ਸਕਦਾ ਹੈ ਤਾ ਇੱਕ ਚੀਜ਼ ਹੋਰ ਧਿਆਨ ਚ ਰੱਖਿਓ ਜੋ ਉਹ ਇਹ ਹੈਗੀ ਹੈ ਕਿ 60 ਤੋਂ 70 ਦਿਨ ਮੰਨ ਕੇ ਚੱਲੋ ਇਹ ਪੀਰੀਅਡ ਤੁਸੀਂ ਤਾਂ ਉਸ ਪੀਰੀਅਡ ਦੇ ਵਿੱਚ ਕੀ ਹੁੰਦਾ ਹੈ ਕਿ ਜੇ ਤੁਸੀਂ 10 ਅਪ੍ਰੈਲ ਨੂੰ ਜਾਂ 20 ਅਪ੍ਰੈਲ ਨੂੰ ਵੀ ਇੱਕ ਇਹ ਬੀਜ ਦਿੱਤੀ ਮੰਗੀ ਤਾਂ 20 ਅਪ੍ਰੈਲ ਦੀ ਵਿਜੀ ਹੋਈ 20 ਮਈ ਤੇ 20 ਜੂਨ 20 ਜੂਨ ਨੂੰ ਉਹ ਵੱਢੀ ਜਾਣੀ ਹੈ ਤੇ ਉਦੋਂ ਪ੍ਰੀ ਮਾਨਸੂਨ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਜਿਹਦੇ ਕਰਕੇ ਇਹ ਖਰਾਬ ਹੋ ਜਾਂਦੀ ਹੈ ਇਸ ਕਰਕੇ ਜਿੰਨੀ ਜਲਦੀ ਹੋ ਸਕੇ ਮੂੰਗੀ ਕਣਕ ਵੱਢਣ ਤੋਂ ਬਾਅਦ ਚ ਬੀਜਣ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਜਿਹੜੇ ਖੇਤਾਂ ਦੇ ਵਿੱਚ ਤੁਸੀਂ ਪਾਣੀ ਜ਼ਿਆਦਾ ਖੜਦਾ ਹੈ ਉਹਨਾਂ ਖੇਤਾਂ ਦੇ ਵਿੱਚ ਬੈਡ ਬਣਾ ਕੇ ਉੱਤੇ ਮੂੰਗੀ ਬੀਜਣ ਦੀ ਕੋਸ਼ਿਸ਼ ਕਰੋ ਤਾਂ ਇਸ ਚੀਜ਼ ਦਾ ਧਿਆਨ ਰੱਖਿਓ ਜੀ ਤੇ ਬੀਜ ਨੂੰ ਜਿਹੜਾ ਹੈਗਾ ਰਾਈਜ਼ੋਬੀਅਮ ਕਲਚਰ ਦੇ ਨਾਲ ਸੋਧਣਾ ਹੈ ਤੇ ਖੀਰਲਾ ਪਾਣੀ ਬਜਾਈ ਤੋਂ 55 ਦਿਨ ਬਾਅਦ ਬੰਦ ਕਰ ਦੇਣਾ ਹੈ ਕਿਉਂਕਿ ਜੇ ਪਾਣੀ ਲਾਉਂਗੇ ਮੂੰਗੀ ਦੁਆਰਾ ਤੋਂ ਫਲ ਚੱਕ ਆਏਗੀ ਗਾ ਨਵਾਂ ਫਾਲੇ ਨੂੰ ਲੱਗਣਾ ਸ਼ੁਰੂ ਹੋ ਜਾਏਗਾ ਤੇ ਇਹ ਦਿੱਕਤ ਆਏਗੀ ਚੰਗੀ ਗੱਲ ਤਾਂ ਇਹ ਹੈਗੀ ਹੈ ਕਿ ਆਪਾਂ ਖੜੇ ਜਿਹੜਾ ਖਰਚੇ ਹੈਗੇ ਆ ਤੂੜੀ ਬਣਾਉਣ ਤੋਂ ਬਾਅਦ ਚ ਕਣਕ ਦੇ ਵੱਢ ਦੇ ਵਿੱਚ ਉਸੇ ਤਰੀਕੇ ਨਾਲ ਰੋਣੀ ਕਰਕੇ ਹੈਪੀ ਸੀਡਰ ਦਾ ਬੀਜ ਦੀਏ ਪਿਛਲੇ ਸਾਲ ਕਿਸਾਨਾਂ ਨੇ ਹੈਪੀ ਸੀਡਰ ਨਾਲ ਵਿੱਚ ਬਹੁਤ ਸੋਹਣੇ ਰਿਜ਼ਲਟ ਆਏ ਹੈ ਤਾਂ ਵਧੀਆ ਗੱਲ ਹੈ ਨਹੀਂ ਤਾਂ ਫੇਰ ਖੇਤ ਨੂੰ ਰੌਣੀ ਕਰਕੇ ਚੰਗੇ ਤਰੀਕੇ ਨਾਲ ਵਾਹ ਕੇ ਸੁਹਾ ਕੇ ਵੀ ਵੀ ਸਕਦੇ ਹਾਂ ਪਰੰਤੂ ਇਹ ਟਾਈਮ ਦੀ ਖਰਾਬੀ ਜ਼ਿਆਦਾ ਹੁੰਦੀ ਹੈ ਬੀਜ ਦੀ ਮਾਤਰਾ ਕਲੀਅਰ ਕਰ ਚੁੱਕਾ ਹਾਂ ਰਾਈ ਜੋਬੀਅਮ ਕਲਚਰ ਕਿਸ ਤਰੀਕੇ ਨਾਲ ਲਗਾਉਣਾ ਹੈ ਇਹਦੀ ਗੱਲ ਕਰ ਲਈਏ ਕਿ ਰਾਈ ਜੋਬੀਅਮ ਕਲਚਰ ਦਾ ਜਿਹੜਾ ਇੱਕ ਪੈਕੇਟ ਹੁੰਦਾ ਨਾ ਉਹਨੂੰ 300 ml ਪਾਣੀ 'ਚ ਘੋਲ ਲੈਣਾ ਹੈ ਉਸ ਤੋਂ ਬਾਅਦ ਬੀ ਦੇ ਉੱਤੇ ਚੰਗੀ ਤਰ੍ਹਾਂ ਛਸਕੇ ਤੇ ਛਾਵੇਂ ਸਕੇ ਕੇ ਉਹ ਜਿਹੜਾ ਬੀਜ ਹੈ ਆਪਾਂ ਬੀਜ ਦੇਣਾ ਹੈ ਇਹ ਕਲਚਰ ਤੁਹਾਨੂੰ ਖੇਤੀਬੀ ਵਿਗਿਆਨ ਕੇਂਦਰ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ 1 ਤੋਂ ਮਿਲ ਸਕਦਾ ਹੈ ਬਜਾਈ ਦਾ ਤੁਹਾਨੂੰ ਕਲੀਅਰ ਹੋ ਗਿਆ ਕਿ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਦੇ ਵਿਚਕਾਰ ਲੇਟ ਤੁਸੀਂ ਅਪ੍ਰੈਲ ਦੇ ਤੀਜੇ ਹਫਤੇ ਜਾ ਸਕਦੇ ਹੋ ਪਰੰਤੂ ਉਹਦੇ ਧਿਆਨ ਤੁਸੀਂ ਇਹ ਹੀ ਰੱਖਣਾ ਹੈ ਕਿ ਜੇ ਰੋ ਪੱਕੇ ਕੀ ਉਹਦਾ ਬਰਸਾਤਾ ਪੈ ਕੇ ਖਰਾਬ ਕਰ ਸਕਦੀਆਂ ਪਰੰਤੂ ਮੂੰਗੀ ਦਾ ਤਾਂ ਫੇਰ ਵੀ ਫਾਇਦਾ ਹੈ ਉਹਦੀ ਅਸੀਂ ਹਰੀ ਖਾਦ ਦੇ ਤੌਰ ਤੇ ਵਰਤ ਸਕਦੇ ਹਾਂ ਅੱਛਾ ਸਭ ਤੋਂ ਵੱਡੀ ਗੱਲ ਹੁੰਦੀ ਕਿ ਬੀਜ ਡੂੰਘਾ ਕਿੰਨਾ ਬੀਜੀਏ ਦੇਖੋ ਜੀ 2 ਇੰਚ ਦੇ ਲਗਭਗ ਆਪਾਂ ਬੀਜ ਡੂੰਘਾ ਬੀਜ ਸਕਦੇ ਹਾਂ ਯੂਨੀਵਰਸਿਟੀ ਕਹਿੰਦੀ ਹੈ ਕਿ 4 ਤੋਂ 6 ਸੈਂਟੀਮੀਟਰ ਡੂੰਘਾ ਬੀਜੋ ਹੁਣ ਬਹੁਤੇ ਕਿਸਾਨ ਪੁੱਛਦੇ ਹੁੰਦੇ ਆ ਕਿ ਕੀ ਕਣਕ ਦਾ 1 ਛਾੜ ਬੰਦ ਕਰਕੇ ਬੀਜ ਦੀਏ ਕਣਕ ਵਾਲੀ ਡ੍ਰਿਲ ਦਾ ਤਾ ਦੇਖੋ 22.5 ਸੈਂਟੀਮੀਟਰ ਲਾਈਨ ਤੋਂ ਲਾਈਨ ਦੀ ਦੂਰੀ ਕਿਹਾ ਗਿਆ ਯੂਨੀਵਰਸਿਟੀ ਦੁਆਰਾ ਕਿ 22.5 ਸੈਂਟੀਮੀਟਰ ਲਾਈਨ ਤੋਂ ਲਾਈਨ ਦੀ ਦੂਰੀ ਰੱਖਣੀ ਹੈ ਠੀਕ ਹੈ ਤੇ ਬੂਟੇ ਤੋਂ ਬੂਟੇ ਦੀ ਦੂਰੀ 7 ਸੈਂਟੀਮੀਟਰ ਹੋਣੀ ਚਾਹੀਦੀ ਹੈ ਤੇ ਡੰਗਾਈ 4 ਤੋਂ 6 ਸੈਂਟੀਮੀਟਰ ਠੀਕ ਹੈ ਇਹਨੂੰ ਤੁਸੀਂ ਹੈਪੀ ਸੀਡ ਨਾਲ ਵੀ ਸਕਦੇ ਹੋ ਇਹਨੂੰ ਤੁਸੀਂ ਜ਼ੀਰੋ ਡ੍ਰਿਲ ਦੇ ਨਾਲ ਵੀ ਸਕਦੇ ਹੋ ਜਾਂ ਫਿਰ ਇਹਨੂੰ ਖੇਤ ਵਾਹ ਕੇ ਜਿਵੇਂ ਤੁਸੀਂ ਕਹਿੰਦੇ ਹੋ ਓਵੇਂ ਵੀ ਸਕਦੇ ਹੋ ਪ੍ਰੰਤੋ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਾਣੀ ਖੜ ਜਾਂਦਾ ਓਨਾਂ ਜ਼ਮੀਨਾਂ ਦੇ ਵਿੱਚ ਤੁਸੀਂ ਬੈੱਡ ਬਣਾ ਕੇ ਬੀਜੋ ਬੈੱਡ ਬਣਾਉਣ ਦੇ ਲਈ ਇਹਨਾਂ ਨੇ ਕਿਹਾ ਹੈ ਕਿ 37 ਸੈਂਟੀਮੀਟਰ ਦਾ ਬੈੱਡ ਬਣਾਈਏ 30 ਸੈਂਟੀਮੀਟਰ ਦੀ ਨਾਲ ਖਾਲੀ ਰੱਖੀਏ ਤੇ ਬੈੱਡ ਦੇ ਉੱਤੇ ਦੋ ਲਾਈਨਾਂ ਮੂੰਗੀ ਦੀਆਂ ਬੀਜਣੀਆਂ ਤੇ ਦੋ ਲਾਈਨਾਂ ਦੇ ਵਿੱਚ ਕਾਲਰ ਲਈ ਜਗ੍ਹਾ 20 ਸੈਂਟੀਮੀਟਰ ਹੋਣੀ ਚਾਹੀਦੀ ਹੈ ਧਿਆਨ ਰੱਖੇ ਕਿ ਜਿਹੜੀ ਬੈੱਡ ਤੇ ਤੁਸੀਂ ਬੀਜ ਰਹੇ ਹੋ ਬੈੱਡ ਦੇ ਕਿਨਾਰੇ ਦੇ ਉੱਪਰ ਬਾਹਲੀ ਲਾਈਨ ਨਾ ਜਾਵੇ ਕਿਉਂਕਿ ਬਰਸਾਤਾਂ ਦੇ ਵਿੱਚ ਉੱਥੇ ਜੜਾਂ ਬਾਹਰ ਆ ਜਾਂਦੀਆਂ ਤਾਂ ਫੇਰ ਦਿੱਕਤ ਆਉਂਦੀ ਹੈ ਬੈੱਡ ਦੇ ਉੱਪਰ ਜਦੋਂ ਅਸੀਂ ਇਹ ਬੀਜਦੇ ਹਾਂ ਤਾਂ ਉਹਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ 20 ਤੋਂ 30% ਕਿਉਂਕਿ ਲਾਈਟ ਵੀ ਘੱਟ ਹੁੰਦੀ ਹੈ ਇਹਨਾਂ ਦਿਨਾਂ 'ਚ ਤੇ ਫੇਰ ਛਾੜ ਵੀ ਜਿਹੜਾ ਹੈਗਾ ਆਮ ਖੇਤ ਨਾਲੋਂ ਵੱਧ ਆਏ ਜੇ ਤਾਂ ਤੁਸੀਂ ਆਲੂ ਤੋਂ ਬਾਅਦ ਦੇ ਵਿੱਚ ਮੂੰਗੀ ਬੀਜ ਰਹੇ ਹੋ ਤਾਂ ਉਸ ਟਾਈਮ ਤੇ ਕੋਈ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਪਰੰਤੂ ਜੇਕਰ ਅਸੀਂ ਕਣਕ ਤੋਂ ਬਾਅਦ ਦੇ ਵਿੱਚ ਮੂੰਗੀ ਬੀਜ ਰਹੇ ਹਾਂ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਨੁਸਾਰ 11 ਕਿਲੋਗ੍ਰam ਯੂਰੀਆ ਤੇ 100 ਕਿਲੋਗ੍ਰam ਸਿੰਗਲ ਸੁਪਰ ਫਾਸਫੇਟ ਬਜਾਈ ਦੇ ਟਾਈਮ ਤੇ ਹੀ ਖੇਤ ਦੇ ਵਿੱਚ ਪਾ ਦੇਣੀ ਚਾਹੀਦੀ ਹੈ ਡਬਲ ਡ੍ਰਿਲ ਹੈ ਹੈਪੀ ਸੀਡਰ ਡਬਲ ਹੈ ਤਾਂ ਉਹਦੇ ਨਾਲ ਤੁਸੀਂ ਡ੍ਰਿਲ ਕਰ ਦਿਓ ਤਾਂ ਬਹੁਤ ਵਧੀਆ ਹੈ ਕਿੰਨਾ 100 ਕਿਲੋਗ੍ਰam ਸੁਪਰ ਮੈਂ ਕਿ ਦੋ ਗੱਟੇ ਸੁਪਰ ਦੇ ਤੇ 11 ਕਿਲੋਗ੍ਰam ਯੂਰੀਆ ਇਹਨਾਂ ਨੇ ਪਾਉਣ ਦੇ ਲਈ ਕਿਹਾ ਨਦੀਨ ਕੰਟਰੋਲ ਦੇ ਲਈ ਪਿਛਲੇ ਸਾਲ ਦੇਖਣ ਚ ਆਇਆ ਹੈ ਕਿ ਕਿਸਾਨ ਵੀਰਾਂ ਨੇ ਜਿਹੜੇ ਖੇਤ ਵਾਹ ਸਵਾਰ ਕੇ ਤਿਆਰ ਕਰਕੇ ਬੀਜੇ ਹੈ ਉਹਨਾਂ ਖੇਤਾਂ ਦੇ ਵਿੱਚ ਬਿਜਾਈ ਤੋਂ 24 ਤੋਂ 48 ਘੰਟੇ ਦੇ ਵਿਚਕਾਰ ਸ਼ਾਮ ਦੇ ਟਾਈਮ ਤੇ ਪੈਂਡੀਮੈਥਾਲੀਨ ਦਾ ਸਪਰੇਅ ਕਰਨ ਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲੀ ਹੈ ਤਾ ਉਹ ਸਪਰੇਅ ਤੁਸੀਂ ਕਰ ਸਕਦੇ ਹੋ ਰਹੀ ਗੱਲ ਪਾਣੀ ਦੀ ਮੂੰਗੀ ਨੂੰ ਪਾਣੀ ਨਹੀਂ ਜਲਦੀ ਲਾਉਣਾ ਇੱਕ ਮੈਂ ਤੁਹਾਨੂੰ ਚੀਜ਼ ਦੱਸਣੀ ਭੁੱਲ ਗਿਆ ਜੀ ਪਹਿਲਾਂ ਇੱਕ ਕਲੀਅਰ ਕਰ ਦੇਵਾਂ ਤੁਹਾਨੂੰ ਥੋੜਾ ਜਿਹਾ ਕਿ ਜਿਹੜਾ ਤੁਹਾਡੇ ਪੀਲੇ ਪੱਤੇ ਹੋਣ ਦੀ ਬਿਮਾਰੀ ਹੈ ਨਾ ਇਹ ਆਪਣੀਆਂ ਇੱਕ ਦੋ ਕਿਸਮਾਂ ਦੇ ਵਿੱਚ ਨਹੀਂ ਆਉਂਦੀ ਇਹ ਜਿਸ ਤਰ੍ਹਾਂ ਕਿ ਤੁਹਾਡੀ SML 1827 ਹੈ ਇਹਦੇ ਵਿੱਚ ਜਿਹੜੇ ਪੀਲੇ ਜੇ ਪੱਤੇ ਹੋ ਕੇ ਖਰਾਬ ਹੋ ਜਾਂਦੇ ਆ ਉਹ ਬਿਮਾਰੀ ਨਹੀਂ ਆਉਂਦੀ ਹੈ ਤਾਂ ਗੱਲ ਚੱਲ ਰਹੀ ਸੀ ਪਾਣੀ ਦੀ ਪਾਣੀ ਜਲਦੀ ਨਹੀਂ ਲਾਉਣਾ ਜੇ ਜਲਦੀ ਪਾਣੀ ਲਾਉਂਗੇ ਤਾਂ ਉਹਦੇ ਨਾਲ ਨਦੀਨ ਦਾ ਖਤਰਾ ਰਹਿੰਦਾ ਹੈ ਦੂਸਰਾ ਮੂੰਗੀ ਦੇ ਬੂਟੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਇਹ ਇੱਕ ਵੱਡੀ ਦਿੱਕਤ ਆਉਂਦੀ ਆ ਆਮ ਖੇਤਾਂ ਦੇ ਵਿੱਚ ਤਾਂ ਇਸ ਕਰਕੇ ਪਹਿਲਾ ਪਾਣੀ ਜਿਹੜਾ ਹੈਗਾ ਮੂੰਗੀ ਦੀ ਬਿਜਾਈ ਤੋਂ 25 ਦਿਨ ਬਾਅਦ ਦੇਣਾ ਹੈ ਬਾਕੀ ਤੁਹਾਡੀ ਮਿੱਟੀ ਦਾ ਟਾਈਪ ਹੈ ਜੇ ਰੇਤਲੇ ਮਾਹਾਂ ਚ ਬੀਜੋਗੇ ਤਾਂ ਜਲਦੀ ਦੇਣਾ ਪੈ ਸਕਦਾ ਹੈ ਭਾਰੇ ਵਾਹਣ ਹੈ ਤਾਂ ਪੂਰਾ ਲੇਟ ਹੋ ਸਕਦਾ ਹੈ بارش ਪੈ ਜਾਂਦੀ ਹੈ ਤਾਂ ਉਹਦੇ ਨਾਲ ਵੀ ਅੱਗਾ ਪਿੱਛਾ ਹੋ ਸਕਦਾ ਹੈ ਤੇ ਅਖੀਰਲੇ ਪਾਣੀ ਦਾ ਧਿਆਨ ਰੱਖਣਾ ਕਿ ਬਜਾਈ ਤੋਂ 55 ਦਿਨ ਬਾਅਦ ਬੰਦ ਕਰ ਦੇਣਾ ਜੇਕਰ ਬੰਦ ਨਹੀਂ ਕਰੋਗੇ ਤਾਂ ਬੂਟੇ ਜਿਹੜੇ ਹੈਗੇ ਆ ਇੱਕ ਸਾਰ ਨਹੀਂ ਪੱਕਣਗੇ ਜਦੋਂ ਇੱਕ ਸਾਰ ਨਹੀਂ ਪੱਕਣਗੇ ਨਵੇਂ ਫੁੱਲ ਚੱਕਣਗੇ ਤਾਂ ਤੁਹਾਨੂੰ ਜਿਹੜਾ ਹੈਗਾ ਦਿੱਕਤ ਹੋਵੇਗੀ ਹੋਵੇਗੀ ਵੀਡੀਓ ਲੰਬੀ ਹੋ ਰਹੀ ਹੈ ਅਗਲੀਆਂ ਵੀਡੀਓ ਦੇ ਵਿੱਚ ਹੋਰ ਬਾਕੀ ਗੱਲਾਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਗ੍ਰੈਮਿਕਸ ਆਨ ਦੀ ਸਪਰੇਅ ਕਰਨੀ ਹੈ ਸਕਾਉਣ ਦੇ ਲਈ ਤਾਂ ਕਿ ਕੰਬਾਈਨ ਦੇ ਨਾਲ ਵਧੀ ਜਾ ਸਕੇ ਬਿਮਾਰੀਆਂ ਕਿਹੜੀਆਂ-ਕਿਹੜੀਆਂ ਕੀਟ ਕਿਹੜੇ-ਕਿਹੜੇ ਲੱਗਦੇ ਆ ਅਗਲੀ ਵੀਡੀਓ ਚ ਗੱਲ ਕਰਾਂਗੇ ਤਾਂ ਇਹਨਾਂ ਕਿਸਮਾਂ ਦੇ ਵਿੱਚੋਂ ਤੁਸੀਂ ਇੱਕ-ਇੱਕ ਕਿਸਮ ਦੇ ਵਰਤੋਂ ਕਰ ਸਕਦੇ ਹੋ ਤੇ ਉਹਦੇ ਨਾਲ ਇਸ ਸਮੇਂ ਤੁਸੀਂ ਆਪਣੀ ਮੂੰਗੀ ਦੀ ਤਿਆਰੀ ਕਰਕੇ ਰੱਖ ਲਵੋ ਤਾਂ ਕਿ ਜਿਵੇਂ ਕਣਕ ਦੀ ਫਸਲ ਚੱਕੀ ਜਾਵੇ ਤੂੜੀ ਬਣਾਈ ਜਾਵੇ ਤੇ ਨਾਲ ਦੀ ਨਾਲ ਖੇਤ ਦੇ ਵਿੱਚ ਮੂੰਗੀ ਦੀ ਬਿਜਾਈ ਹੋ ਸਕੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਧੰਨਵਾਦ ਜਿਨ੍ਹਾਂ ਦੀ ਬੁੱਕ ਪੈਕੇਜ ਆ ਪ੍ਰੈਕਟਿਸ ਆ ਜੋ ਇਹਨਾਂ ਦੀ ਉਸ ਦੀ ਸਹਾਇਤਾ ਦੇ ਨਾਲ ਮੈਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਮਿਹਰਬਾਨੀ ਦੋਸਤੋ